ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਫਗਵਾੜਾ ਵਿਖੇ ਹੋਏ ਇੱਕ ਸੜਕੀ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਾਦੀ ਲਾਲ ਆਪਣੇ ਭਰਾ ਰਵਿੰਦਰ ਅਤੇ ਪਿਤਾ ਸੋਮਨਾਥ ਵਾਸੀ ਜੰਮੂ ਨਾਲ ਆਰਟਿਕਾ ਕਾਰ ਵਿੱਚ ਜੰਮੂ ਤੋਂ ਲੁਧਿਆਣਾ ਦੇ DMC ਵਿਖੇ ਦਵਾਈ ਲੈਣ ਜਾ ਰਹੇ ਸਨ ਕਿ ਫਗਵਾੜਾ ਦੇ ਕਬਾਨਾ ਹੋਟਲ ਨਜ਼ਦੀਕ ਉਹਨਾਂ ਦੀ ਆਰਟਿਕਾ ਕਾਰ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਆ ਰਹੇ ਟਰੱਕ ਨਾਲ ਟਕਰਾ ਗਈ, ਜਿਸ ਨਾਲ ਜਿੱਥੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਉੱਥੇ ਹੀ ਹਾਦਸੇ ਵਿੱਚ ਸੋਮਨਾਥ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ, ਜਦਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਹਾਂਜੀ, ਕੀ ਨਾਮ ਆਪਣਾ ਜੀ? ਆਪਕੇ ਸਾਥ ਹੋਰ ਵੀ ਕੋਈ ਥਾ? ਪੁਲਿਸ ਨੇ ਬਿਆਨ ਲੈ ਲਈ? ਮੇਰਾ ਨਾਮ ਡਾਕਟਰ ਸਤਕਾਰ ਸਿੰਘ, ਸਿਵਲ ਹਸਪਤਾਲ ਫਰੀਦਕੋਟ। ਅੱਜ ਸਵੇਰੇ 27 ਤਰੀਕ ਨੂੰ 7:15 ਵਜੇ ਸਾਡੇ ਹਸਪਤਾਲ 3 ਮਰੀਜ਼ ਆਏ, ਸੋਮਨਾਥ, ਰਵਿੰਦਰ ਅਤੇ ਸ਼ਾਦੀ ਦਾ। ਅਤੇ 3 DMC ਜਾ ਰਹੇ ਸੀਗੇ। ਇਹਨਾਂ ਦਾ ਐਕਸੀਡੈਂਟ ਕਬਾਨਾ ਦੇ ਕੋਲ ਹੋਇਆ, ਇਹਨਾਂ ਨੂੰ ਦੱਸਿਆ ਗਿਆ ਸਾਨੂੰ। ਇਹਨਾਂ 3 ਵਿੱਚੋਂ ਸੋਮਨਾਥ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਸਾਹ ਹਸਪਤਾਲ ਵਿੱਚ ਆਇਆ ਉਹ ਬਰੋਡ ਡੈਡ ਸੀਗਾ। ਉਹਦੀ ਬੋਡੀ ਨੂੰ ਅਸੀਂ ਮ੍ਰਿਤਕ ਘਰ ਵਿੱਚ ਰੱਖ ਦਿੱਤਾ, ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈ। ਬਾਕੀ ਦੋ ਜਿਹੜੇ ਹੈਗੇ ਰਵਿੰਦਰ ਅਤੇ ਸ਼ਾਦੀ ਦਾ, ਉਹ ਜਿਹੜੇ ਇਲਾਜ ਨੇ ਹਸਪਤਾਲ ਵਿੱਚ। ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।